ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਰਾਮਸਰ ਸਾਹਿਬ ਜੀ, ਗੁਰਦੁਆਰਾ ਬਾਬਾ ਬੋਤਾ ਸਿੰਘ ਜੀ ਅਤੇ ਗਰਜਾ ਸਿੰਘ ਬੇਸਮੈਂਟ ਦੀ ਕਾਰ ਸੇਵਾ, ਸੰਤ ਬਾਬਾ ਸੇਵਾ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਆਨੰਦਗੜ੍ਹ ਸਾਹਿਬ, ਸੰਤ ਬਾਬਾ ਲਾਭ ਸਿੰਘ ਜੀ, ਬਾਬਾ ਹਰਭਜਨ ਸਿੰਘ ਜੀ ਨੂੰ ਸੌਂਪੀ ਗਈ ਹੈ। ਇਸ ਕਾਰ ਸੇਵਾ ਦੇ ਤਹਿਤ ਬਾਬਾ ਬੋਤਾ ਸਿੰਘ ਜੀ ਅਤੇ ਗਰਜਾ ਸਿੰਘ ਦੀ ਯਾਦ ਵਿੱਚ ਕਾਰ ਪਾਰਕਿੰਗ ਦੇ ਲਈ ਬੇਸਮੈਂਟ ਲੈਂਟਰ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ। ਇਹ ਜੋ ਕਾਰ ਸੇਵਾ ਵੱਲੋਂ ਆਰੰਭ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬਹੁਤ ਹੀ ਉਤਸ਼ਾਹ ਅਤੇ ਪਿਆਰ ਨਾਲ ਸੇਵਾ ਆਰੰਭ ਹੋਈ ਆ, ਜੋ ਕਿ ਸੰਗਤਾਂ ਦਾ ਇਕੱਠ ਤੁਸੀਂ ਦੇਖ ਰਹੇ ਜੇ, ਬੜੇ ਉਤਸ਼ਾਹ ਦੇ ਪਿਆਰ ਨਾਲ ਸੰਗਤਾਂ ਸੇਵਾ ਕਰ ਰਹੀਆਂ। ਇਹ ਜੀ ਦੋ ਲੈਂਟਰ ਜਿਹੜੇ ਆ ਅਸੀਂ ਵਿਸਾਖੀ ਤੋਂ ਪਹਿਲਾਂ ਦੇ ਪੈ ਜਾਣੇ ਆ ਜੀ। ਉਸ ਤੋਂ ਬਾਅਦ ਇਹਦੇ ਉੱਪਰ ਜਿਹੜੀ ਦਰਬਾਰ ਹਾਲ ਦੀ ਸੇਵਾ ਜਿਹੜੀ ਆਰੰਭ ਹੋਵੇਗੀ। ਇਹ ਡਬਲ ਬੇਸਮੈਂਟ ਬਣ ਰਹੀ ਆ ਜਿਹੜੀ ਕਿ ਇੱਕ ਬਹੁਤ ਵਿਸ਼ਾਲ, ਜਿਹਦੇ ਵਿੱਚ 600 ਗੱਡੀ ਦਾ ਰੁਕਣ ਦਾ ਪ੍ਰਬੰਧ ਆ ਜੀ। ਇਹਦੇ ਬਣਨ ਦੇ ਨਾਲ ਸ਼ਹੀਦਾਂ ਸਾਹਿਬ ਰਾਮਸਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਬਹੁਤ ਵੱਡੀ ਇੱਕ ਸਹੂਲਤ ਮਿਲੇਗੀ। ਬਾਬਾ ਸੇਵਾ ਕਰਨੀ ਚਾਹੁੰਦੇ ਹੈਗੇ, ਜਿਹੜੀ ਕਰਮਾਂ ਵਾਲਾ ਜਿਹੜਾ ਸੇਵਾ ਜਿਹਨੂੰ ਮਿਲਦੀ ਕਿਸੇ ਨੂੰ ਜਿਹਨੂੰ ਕਿਸੇ ਨੂੰ ਕਰਮਾਂ ਮਿਲਦੀ ਹੈ ਸੇਵਾ ਜੀ, ਗੁਰੂ ਘਰ ਦੇ ਨਾਲ ਜੁੜਨਾ ਚਾਹੀਦਾ, ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ, ਗੁਰਸਿੱਖੀ ਜੀਵਨ ਬਖਸ਼ਣਾ ਚਾਹੀਦਾ। ਹਾਂਜੀ, ਅੰਮ੍ਰਿਤਸਰ ਤੋਂ ਗੁਰਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।